ਮੇਰੀ ਇੱਜ਼ਤ ਨਹੀਂ ਹਟਿਆ ਓਏ ਇੰਨੀ ਜ਼ਿਆਦਾ ਹਨੇਰੀ ਆਈ ਜੀ, ਬੁਰਾ ਹਾਲ ਹੋ ਗਿਆ। ਦੇਖੋ ਕਿਵੇਂ ਖੜਕਦਾ, ਗੜੇ ਡਿੱਗ ਰਹੀ ਹੋ ਨਾ। ਸਤਿ ਸ਼੍ਰੀ ਅਕਾਲ ਜੀ ਬਾਈ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬ ਵਿੱਚ ਨਜ਼ਰ ਨਾਲ ਸਵਾਗਤ ਹੈ। ਅਸੀਂ ਕਹਿੰਦਾ ਪੰਜਾਬ ਤੋਂ ਆਉਂਦੇ ਆਉਂਦੇ ਲੇਟ ਹੋ ਗਏ, ਆ ਕੇ ਅਸੀਂ ਰੋਟੀ ਪਾਣੀ ਵੀ ਖਾਂਦੇ ਸੀ, ਇੰਨੀ ਹਨੇਰੀ ਆ ਗਈ। ਮੇਰੀ ਆਵਾਜ਼ ਸੁਣਦੀ ਹੈ ਕਿ ਨਾ, ਮੀਂਹ ਤਾਂ ਥੋੜ੍ਹਾ ਆਹ ਬਾਹਲੀਆਂ ਚਾਦਰਾਂ ਖੜ ਗਈਆਂ, ਇੰਨੀ ਹਨੇਰੀ, ਬੁਰਾ ਹਾਲ। ਬੰਦੇ ਨੂੰ ਬੰਦਾ ਰੱਖਿਆ ਵੀ ਅਸੀਂ ਤਾਂ ਮਸਾਂ ਭੱਜ ਕੇ ਅੰਦਰ ਆਇਆ। ਕੋਈ ਬੁਟੀਕ ਚ ਅੱਗੇ ਰੁਕਲੀ ਨੇ ਬਾਹਰ ਗੇਟ ਲਾਉਂਦੀ, ਉੱਧਰ ਗੁੰਮ ਹੋ ਗਈ ਮਨਵੀਰ, ਕਿਸੇ ਪਾਸੇ ਹੋਰ ਗੁੰਮ। ਨਹੀਂ ਮੈਂ ਆ ਗਈ ਹਾਂ, ਮੈਂ ਗੇਟ ਲਾਉਣ ਲੱਗੀ, ਉਹਨੇ ਤੂੜੀ ਆ ਗਈ, ਸਾਰੇ ਮਿੱਟੀ ਉੱਟ ਗਈ। ਉੱਥੇ ਤਾਂ ਮੈਂ ਗੇਟ ਦੀ ਵਜ੍ਹਾ ਮੈਂ ਇੱਕ ਕੁੰਡੀ ਦਾ ਮਾਰਿਆ ਵਾ, ਜਦੋਂ ਮੈਂ ਅੰਦਰ ਆਈ ਉਹਦੇ ਚੁੱਕਣੇ ਬੁਟੀਕ ਦਾ ਗੇਟ ਖੋਲ ਰਹੇ, ਫਿਰ ਮੈਂ ਕੀ ਕਰਦੀ ਉਹਦੇ ਮਿੱਟੀ ਦਾ ਬੁਟੀਕ ਵਾਲੀ ਗਾਹ, ਉਹਦੇ ਵਿੱਚ ਆਪਾਂ ਵਾਈ ਫਾਈ ਪੈਰ ਪਾਈ, ਬੁਟੀਕ ਆਈ ਵਿੰਡੋ ਨਾਲ ਲੱਗੇ, ਸਾਰਾ ਦਿੱਤਾ ਬੁਟੀਕ ਨੂੰ, ਬੁਰਾ ਹਾਲ ਹੋ ਗਿਆ ਸਾਡਾ, ਕਾਂਵਲੇ ਹੋ ਗਏ ਮਸਾਂ ਅੰਦਰ ਵਾਲੇ। ਕੀ ਆਪਣੇ ਉਹਦੀ ਦੁਸ਼ਮਣ ਨਿਕਲੀ ਜਾ, ਆਪਾਂ ਘਰ ਪਾਉਣ ਲੱਗੇ। ਰੱਬ ਤਾਂ ਹਟਦਾ ਹੀ ਨਹੀਂ। ਅੱਜ ਮਾਸਟਰ ਜੀ ਕਹਿੰਦੇ ਕਣਕ ਢੋਲਾਂ 'ਚ ਪਾ ਦੇ, ਮੈਂ ਗਿੱਲੀ ਹੈ ਕੁਛ ਨਹੀਂ ਹੁੰਦਾ, ਕੱਲ੍ਹ ਦਾ ਮੈਨੂੰ ਹੋਰ ਧੁੱਪ ਲੱਗ ਜਾਂਦੇ, ਹੁਣ ਮੇਰੇ ਗਾਲਾਂ ਪੈ ਗਈਆਂ। ਕਹਿੰਦੇ ਲਵਾਰਾ ਧੁੱਪ ਦੁਬਾਰੇ, ਉਹਦੀ ਤਾਂ ਗਿੱਲੀ ਨਹੀਂ ਸੀ, ਕਿੰਨੀ ਹੋਣੀ, ਰੱਬ ਗਿੱਲੀ ਕਰ ਦੂ, ਕੀ ਕਰੀਏ, ਪੰਗਾ ਹੋਇਆ ਪਿਆ। ਗੜੇ ਪੈ ਰਹੇ ਹੋਣ, ਇਹ ਤਾਂ ਖੜਕਾ ਇੰਨਾ ਕਰਦਾ ਕਰਦਾ ਵੀ ਗੜੇ ਡਿੱਗ ਗਏ। ਜੇ ਦੋ ਕੜੀਆਂ ਵੀ ਡਿੱਗ ਗਈਆਂ, ਰਾਤ ਨੂੰ ਵੀ ਭੱਜ ਭੱਜ ਚੁੱਕਾ ਕੇ ਮੀਂਹ ਆ ਗਿਆ, ਮੀਂਹ ਆ ਗਿਆ, ਮੀਂਹ ਸਾਰਾ ਟੱਪਰ ਪਾਹੋਤਾ ਹੀ ਹੋ ਜਾਂਦਾ। ਬਿਜਲੀ ਵਾਲੀ ਬਿਜਲੀ ਰੱਖ ਕੇ ਆਈ ਹੈ ਬਾਈ, ਲੱਗਦਾ ਵੀ ਹਾੜੀ ਵਾਲਾ ਮੀਂਹ ਪਿਆ ਹੈ। ਲਓ ਜੀ ਐਂਟਰੀ ਕਰਦੇ, ਸਾਡੇ ਤਾਂ ਜੜ ਰੇਤਾ ਚੜ ਗਿਆ, ਮੀਂਹ ਹਟੇ ਮਾੜਾ ਮੋਟਾ ਮੂੰਹ ਸਿਰ ਧੋਈਏ। ਮਨਵੀਰ ਦੀ ਰੋਟੀ ਰੁਟੀ, ਮੇਰੀ ਰੋਟੀ, ਸਾਰਿਆਂ ਦੀ ਰੁਟੀ ਰਹੇ। ਮੈਂ ਤਾਂ ਉਹਦੇ ਡੈਡੀ ਦੀ ਮੈਂ ਰੋਟੀ ਹਜੇ ਖਾ ਕੇ ਹਟੀ, ਮੈਂ ਉਹਦੇ ਬਿਜਲੀ ਲੈ ਕੇ ਲੱਗਦੀ, ਬੱਦਲ ਗਰਜਣ ਲੱਗਦੀ, ਮੈਂ ਡੈਡੀ ਆ ਗਈ ਨਹੀਂ ਹੈਗੀ, ਆਪਾਂ ਨੇ ਰੋਟੀ ਖਾ ਲਈ ਸਹੀ ਟਾਈਮ 'ਤੇ। ਨਾ ਬਿਜਲੀ ਤਾਂ ਇੰਨੀ ਲੱਸ ਕਰੀ, ਤੁਹਾਨੂੰ ਦੇਖੀ ਨਹੀਂ ਹੋਣੀ, ਪਤਾ ਨਹੀਂ ਬਹੁਤ ਅੱਛੀ ਬਿਜਲੀ। ਹੈਗੀਆਂ ਨੇ ਕਾਲੀਆਂ ਚੁੰਨੀਆਂ ਮੇਰੇ ਵਾਲੀ 'ਤੇ ਨਾ, ਇਹਦੇ ਨਾਲ ਮੈਚਿੰਗ ਕਰਦੀ ਲੈਸ ਲਾ ਦੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪਿੰਡ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਅਤੇ ਟਾਈਮ ਅੱਜ ਬਹੁਤ ਜ਼ਿਆਦਾ ਹੋ ਗਿਆ, 12 ਵੱਜ ਗਏ ਨੇ, ਅਤੇ ਪਤਾ ਨਹੀਂ ਕਿਉਂ ਸਾਨੂੰ ਅੱਜ ਕੰਮ ਧੰਦਿਆਂ ਦੇ ਵਿੱਚ ਲੇਟ ਹੋ ਗਿਆ, ਕਾਫੀ ਜ਼ਿਆਦਾ ਕੱਪੜੇ ਧੋਣ ਵਾਲੇ ਪਏ ਸੀ 3 ਦਿਨਾਂ ਦੇ ਤੋਂ ਪਹਿਲਾਂ, 3 ਤੋਂ ਵੀ 4 ਦਿਨ ਹੋ ਗਏ ਸੀ ਪਹਿਲਾਂ, ਸਵੇਰੇ ਬਹੁਤ ਜ਼ਿਆਦਾ ਕੱਪੜੇ ਧੋਤੇ ਨੇ, ਅੱਜ ਕੱਪੜੇ ਤਾਂ ਇਕੱਠੇ ਕਰ ਲਏ। ਅੱਜ ਦੋਨਾਂ ਨੇ ਇਹ ਸਾਹਮਣੇ ਵਾਲੀ ਜਿਹੜੀ ਆਪਣਾ ਉਹ ਹੈ ਨਾ ਗੇਟ ਦੇ ਬਿਲਕੁਲ ਸਾਹਮਣੇ ਮੇਰੇ ਅਤੇ ਔਰਤ ਦਾ ਵਾਹਣ ਹੈ ਇਹ, ਅੱਜ ਉਹਨੇ ਵੀ ਤੂੜੀ ਵਾਲੀ ਲਾ ਲਈ, ਉਹਦੇ ਨਾਲ ਵਾਲੀ ਬੱਟ ਹੈ ਇੱਕ, ਉਹਨਾਂ ਨੇ ਵੀ ਤੂੜੀ ਵਾਲੀ ਲਾ ਲਈ। ਅਸੀਂ ਇੱਧਰ ਪ੍ਰਭ ਕੇ ਘਰੇ ਪਾਏ ਨੇ ਕੁਛ ਕੱਪੜੇ, ਨਹੀਂ ਇੱਥੇ ਆਪਾਂ ਬਾਹਰ ਤਾਂ ਉੱਤੇ ਪਾ ਦਿੰਦੇ ਹਾਂ, ਜੋ ਉੱਥੇ ਪੈਂਦੇ ਨਹੀਂ ਹੈਗੇ, ਮਿੱਟੀ ਘੱਟਾ ਬਹੁਤ ਉੱਡਦਾ। ਅਤੇ ਰਾਤ ਬਹੁਤ ਜ਼ਿਆਦਾ ਹਨੇਰੀ ਆਈ, ਥੋੜ੍ਹਾ ਜਿਹਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਿਆ ਸੀ, ਇੰਨੀ ਹਨੇਰੀ, ਕਾਫੀ ਮੀਂਹ ਆਇਆ ਜੀ, ਬੁਰਾ ਹਾਲ ਹੋ ਗਿਆ ਬੁਟੀਕ 'ਚ, ਮਾੜਾ ਮੋਟਾ ਹੁਣ ਕੂੜਾ ਕੱਢਿਆ, ਸਾਡੇ ਤਾਂ ਦਰਵਾਜ਼ਾ ਬੰਦ ਕਰਦੇ ਕਰਦੇ ਹਨੇਰੀ ਆ ਗਈ, ਬਹੁਤ ਜ਼ਿਆਦਾ ਤੇਜ਼ ਹਨੇਰੀ ਸੀ। ਅਸੀਂ ਭਾਅ ਜੀ ਬਾਜ਼ਾਰ ਤੋਂ ਆ ਕੇ ਖੜ੍ਹੇ ਸੀ, ਉਹਦੀ ਮੌਸਮ ਹੈ ਜਿਹੜਾ ਖਰਾਬ ਹੋ ਗਿਆ, ਲੱਗਦਾ ਸੀ ਵੀ ਮੌਸਮ ਖਰਾਬ ਹੋਊਗਾ, ਪਰ ਕਾਫੀ ਮੌਸਮ ਖਰਾਬ ਹੋਇਆ। ਅਤੇ ਆਪਾਂ ਪ੍ਰਿੰਟਡ ਸੂਟਾਂ ਦੀ ਮੈਂ ਵੀਡੀਓ ਸ਼ੇਅਰ ਕਰਦੀ ਹਾਂ, ਅਤੇ ਪ੍ਰਿੰਟਡ ਸੂਟ ਆਪਣੇ ਕੋਲ ਕਈ ਤਰ੍ਹਾਂ ਦੇ ਨੇ ਜੀ, ਮਹਿੰਗੇ ਵਾਲੇ ਵੀ ਹੈਗੇ ਨੇ, ਜਿਹੜੇ ਭੈਣ ਭਾਈਆਂ ਨੇ ਮਹਿੰਗੇ ਲੈਣੇ ਨੇ ਉਹਨਾਂ ਦੀ ਵੀਡੀਓ ਮੈਂ ਉਸ ਤੋਂ ਬਾਅਦ ਉਹ ਕਰੂੰਗੀ, ਬਣਾਊਂਗੀ।
ਅਤੇ ਸਸਤੇ ਵਾਲੇ ਵੀ ਹੈਗੇ ਨੇ ਮੈਚਿੰਗ ਸੂਟ ਠੀਕ ਰੇਟ ਦੇ ਨੇ, ਸਸਤੇ ਤਾਂ ਆਪਾਂ ਨਹੀਂ ਕਹਾਂਗੇ ਠੀਕ ਰੇਟ ਦੇ ਨੇ। ਅਤੇ ਕੁਛ ਕੁ ਕਸਟਮਰ ਕਹਿੰਦੇ ਨੇ ਜਮਾਂ ਸਸਤੇ ਲੈ ਕੇ ਆਓ ਜੀ, ਦੇਖੋ ਫਿਰ ਮੈਂ ਉਹ ਕੱਪੜਾ ਵੀ ਤੁਸੀਂ ਕੀ ਕਰਨਾ ਜਿਹਦੇ ਤੁਹਾਡੇ ਸਿਲਾਈ ਗਲ ਪੈ ਜੇ ਨਾ ਹੰਢੇ, ਹੈ ਨਾ, ਫਿਰ ਉਹ ਚੀਜ਼ ਦਾ ਵੀ ਨਹੀਂ ਫਾਇਦਾ, ਜਾਂ ਜਿਹਦੇ ਵਿੱਚ ਸਿੰਥੈਟਿਕ ਹੋਵੇ ਤੁਹਾਡੇ ਪਵੇ ਨਾ ਉਹਦਾ ਕੋਈ ਫਾਇਦਾ ਨਹੀਂ ਹੈਗਾ। ਇਸ ਕਰਕੇ ਠੀਕ ਜਿਹੇ ਰੇਟ ਦੇ ਨੇ, ਨਾ ਮਹਿੰਗੇ ਨੇ ਨਾ ਸਸਤੇ ਨੇ, ਮੀਡੀਅਮ ਜਿਹਾ ਰੇਟ ਹੈ। ਜਿਹੜੇ ਭੈਣਾਂ ਮਹਿੰਗੇ ਪਾਉਂਦੇ ਉਹਨਾਂ ਨੂੰ ਇਹ ਸਸਤੇ ਲੱਗਣਗੇ, ਜਿਹੜੇ ਬਿਲਕੁਲ ਸਸਤੇ ਪਾਉਂਦੇ ਨੇ ਜੀ ਉਹਨਾਂ ਨੂੰ ਇਹ ਮਹਿੰਗੇ ਲੱਗਣਗੇ। ਹਰੇਕ ਦਾ ਆਪਣਾ ਬਜਟ ਦਾ ਹਿਸਾਬ ਕਿਤਾਬ ਹੁੰਦਾ, ਕਿਸੇ ਨੂੰ ਕੋਈ ਕੱਪੜਾ ਮਹਿੰਗਾ ਸਸਤਾ ਲੱਗਦਾ, ਹੈ ਨਾ, ਕਿਸੇ ਨੂੰ ਕਿਵੇਂ ਲੱਗਦਾ। ਇਹ ਸੂਟ ਮੈਂ ਵੀ ਆਪਣਾ ਹੁਣ ਕੱਟਿਆ ਗਾ, ਹੈ ਨਾ, ਉਹਨਾਂ ਨੂੰ ਕਿਹਾ ਮੈਂ ਪਾਣੀ 'ਚ ਡਿੱਪ ਕਰ ਦੂੰਗੀ ਇੱਕ ਵਾਰੀ, ਕੈਮਰਿਕ ਕੋਟਨ ਹੈ ਜੀ, ਸ਼ਿੰਕ ਹੋਣ ਦਾ ਖਤਰਾ ਇਹਦਾ ਰਹਿੰਦਾ, ਫਿਰ ਇਹਨੂੰ ਸਿਉਂ ਲਾਂਗੇ। ਇਹਨੂੰ ਜਿਹੜੀ ਆਪਣੇ ਕੋਲ ਨਵੀਂ ਕੁੜੀ ਆਉਂਦੀ ਹੈ ਪ੍ਰੀਤ, ਇਹਨੂੰ ਕਿਹਾ ਮੈਂ ਕੱਟ ਕੇ ਦੇ ਦੂੰਗੀ, ਆਪਾਂ ਮੇਰਾ ਘਰ ਹੀ ਬਣਾ ਦੀ ਸੂਟ, ਦੇਖਦੇ ਹਾਂ ਜੀ ਟਾਈਮ ਲੱਗਿਆ ਜੀ ਬਣਾ ਦੂੰਗੀ, ਫਿਰ ਬਣਾ ਲਾਂਗੇ। ਮੇਰੇ ਟੇਲਰਾਂ ਕੋਲ ਬਹੁਤ ਸਾਰੇ ਸੂਟ ਪਏ ਨੇ ਮੇਰੇ ਅਜੇ, ਉਹਨਾਂ ਨੂੰ ਮੈਂ ਕਿਹਾ ਉਹਨੂੰ ਕਰਨਾ। ਅਤੇ ਇਹ ਮੇਰੇ ਕੋਲ ਥੋੜ੍ਹੇ ਨੇ ਜਿਹੜੇ ਮੇਰੇ ਵਾਲੇ ਸੂਟ ਨਾਲ ਦਾ ਸੂਟ ਹੈ, ਇਹ ਥੋੜ੍ਹੇ ਨੇ ਥਾਂ 'ਚ ਹੈਗੇ ਨੇ ਰੰਗ ਤਿੰਨ, ਇਹ ਬੋਟਲ ਗ੍ਰੀਨ ਦੇ ਨਾਲ ਹੈ ਮੈਚਿੰਗ, ਇਹ ਬੋਟਲ ਗ੍ਰੀਨ ਨਾਲ ਮੈਚਿੰਗ ਹੈ ਜੀ ਇੱਕ, ਅਤੇ ਇੱਕ ਵਾਈਨ ਨਾਲ ਮੈਚਿੰਗ ਹੈ। ਅਤੇ ਤੀਜੀ ਜਿਹੜੀ ਮੈਂ ਖੋਲ੍ਹ ਲਈ ਹੈ ਇਹ ਪੀਕੋਕ ਸ਼ੇਡ ਨਾਲ ਮੈਚਿੰਗ ਹੈ, ਇੱਕ ਬਲੈਕ ਨਾਲ, ਚਾਰ ਨੇ ਇਹਦੇ ਵਿੱਚ। ਇਹ ਮੈਂ ਇੱਕੋ ਸੈੱਟ ਹੀ ਲੈ ਕੇ ਆਈ ਹਾਂ, ਕਈ ਵਾਰ ਗਾਹਕ ਘਰ ਆ ਜਾਂਦਾ ਹੈ ਨਾ, ਜਦੋਂ ਭੈਣ ਭਾਈ ਕਸਟਮਰ ਘਰ ਆਉਂਦਾ ਉਹ ਕਹਿੰਦੇ ਜੀ ਸਸਤੇ ਸੂਟ ਸਸਤੇ ਸੂਟ, ਫਿਰ ਇਹ ਸਸਤੇ ਵੀ ਰੱਖੇ ਹੋਏ ਆ। ਬਾਕੀ ਜਿਹੜਾ ਮੇਰੇ ਪਾਇਆ ਹੋਇਆ ਇਹ ਟੀਸਟਾ ਬ੍ਰਾਂਡ ਦਾ, ਇਹਦੇ ਨਾਲ ਦੇ ਕਾਫੀ ਪ੍ਰਿੰਟ ਮੇਰੇ ਕੋਲ ਹੈਗੇ ਨੇ। ਅਤੇ ਜੇ ਆਪਾਂ ਇਹਨੂੰ ਆਲ ਓਵਰ ਲਵਾਂਗੇ ਜੀ ਇਹ ਮਹਿੰਗਾ ਪੈਂਦਾ, ਜੇ ਆਪਾਂ ਮੈਚਿੰਗ ਸਲਵਾਰ ਨਾਲ ਲੈਂਦੇ ਹਾਂ ਇਹ ਸਸਤਾ ਪੈਂਦਾ। ਅਤੇ ਇਹ ਮੈਂ ਟਰਾਈ ਕਰ ਰਹੀ ਹਾਂ, ਕੁਛ ਮੈਨੂੰ ਟਾਈਮ ਵੀ ਨਹੀਂ ਲੱਗ ਰਿਹਾ ਜੀ ਵੀ ਇਹਦਾ ਮੈਂ ਸਲਵਾਰਾਂ ਮੈਚਿੰਗ ਕਰ ਲਿਆ ਵਾਂ, ਫਿਰ ਆਪਾਂ ਫੈਬਰਿਕ ਵੀ ਵੇਖਣਾ ਹੁੰਦਾ, ਹੈ ਨਾ, ਵੀ ਇੰਨੇ ਥੇ ਨਾ ਆਪਾਂ ਮੈਚਿੰਗ ਕਰੀਏ, ਕੁਛ ਵੀ ਚੱਕ ਕੇ ਲਾ ਦਿੱਤਾ ਉਹ ਆਪਾਂ ਉਹ ਦੇਖਣਾ ਹੁੰਦਾ ਆਪਾਂ ਨੂੰ, ਜੇ ਵਾਈਟ ਫੈਬਰਿਕ ਮਿਲਿਆ ਵਾਈਟ ਵੀ ਉਹਦੇ ਨਾਲ ਕੀ ਮਿਲਦਾ ਜੁਲਦਾ ਕੀ ਹੈਗਾ, ਕਾਫੀ ਚੀਜ਼ਾਂ ਦੇਖ ਪਰਖ ਕੇ ਪਰਖਣ ਤੋਂ ਬਾਅਦ ਹੀ ਮੈਂ ਤੁਹਾਡੇ ਲਈ ਸੂਟ ਆ ਜਿਹੜੀ ਲੈ ਕੇ ਆਉਂਦੇ ਹਾਂ, ਕਾਫੀ ਜ਼ਿਆਦਾ ਉਹਨੂੰ ਸੋਚ ਸਮਝ ਕੇ ਵੀ ਜੇ ਤੁਸੀਂ ਤੁਹਾਡੇ ਤੋਂ ਪਾਓਗੇ ਤੁਹਾਡੇ ਵਧੀਆ ਲੱਗੇ ਪਾਇਆ। ਅੱਜ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ, ਸਭ ਤੋਂ ਪਹਿਲੀ ਗੱਲ ਅੱਜ ਮੈਂ ਰੋਟੀ ਨਹੀਂ ਖਾਧੀ ਸਵੇਰ ਵਾਲੀ, ਵਧੀਆ ਫੀਲ ਹੋ ਰਿਹਾ। ਥੱਲੇ ਬਸਾ ਲਓ ਇਹਦੇ ਉੱਤੇ ਇੱਕ ਨਾ ਕੋਈ ਕੱਪੜਾ ਧਰੋ ਇਹਦੇ ਪੀੜੀ ਦੇ ਉੱਤੇ। ਅੱਜ ਪ੍ਰੀਤ ਦੀ ਮਸ਼ੀਨ ਪਰਲੇ ਸਾਈਡ ਕਰਦੇ ਹਾਂ ਜੀ, ਲਾਈਟ ਰਹਿਣ ਲੱਗ ਗਈ, ਹੁਣ ਕੋਈ ਕੰਮ ਹੋ ਜਾ ਕਰੂ, ਸਾ ਇੰਨੇ ਔਖੇ ਹੋਏ ਲਾਈਟ ਬਣਾ, ਸਾਰਾ ਕੰਮ ਹੀ ਲਾਈਟ 'ਤੇ ਆ। ਅਤੇ ਅਗਲੀ ਗੱਲ ਇਹ ਆ ਵੀ ਸੱਤੀ ਆਪਣੇ ਕੰਮ ਕਰਦਾ ਵਿਚਾਰਾ, ਉਹ ਸਵੇਰ ਦਾ ਲੱਗਿਆ ਪਿੱਟ ਰੋੜਾ ਚੱਕਣ, ਚੜ੍ਹਦੇ ਸਿਪ ਚੜ੍ਹਦੇ ਸ਼ਿਪ ਦੇ ਨਾਲ, ਤੂੰ ਉਹਦੀ ਲਾਈਟ ਦਾ ਹਿਸਾਬ ਰੱਖ, ਮੈਨੂੰ ਲੱਗਦਾ ਇੱਧਰ ਨੂੰ ਕਰ ਲੈ, ਹੈ ਨਾ, ਇੱਧਰ ਨੂੰ ਉਹ ਕਰ ਲੈ ਪਿੱਠਕਾ ਰੱਖ ਤੂੰ ਇਹਦੇ ਬੰਨੀ ਨੂੰ, ਹਾਂ ਉੱਧਰ ਨੂੰ ਮੂੰਹ ਰੱਖ ਲੈ, ਹਾਂ ਹਾਂ ਇਹ ਚੜ੍ਹਦਾ ਹੀ ਆ ਨਾਲੇ ਥੱਲੇ, ਉਹ ਵਿਛਾ ਲੈ ਇਹਦੀ ਮੈਟ ਮੂਟ, ਇਹ ਇੱਥੇ ਬੈਠੀ ਸੀ ਮੇਰੇ ਕੋਲ ਮਸ਼ੀਨ ਡਾਹੀ ਇਹਦੀ ਨਾ, ਫਿਰ ਔਖਾ ਹੈਗਾ ਇੱਥੇ ਰਸਤਾ ਨਹੀਂ ਹੈਗਾ, ਉਹਨੂੰ ਇੱਕ ਸਾਈਡ 'ਤੇ ਧਰ ਦਿਆ ਵੀ ਉਦੋਂ ਉੱਥੇ ਬੈਠੀ ਰਿਹਾ ਕਰੀ। ਇੱਕ ਮੈਟ ਸੀਗੀ ਜੱਸੀ ਜਿਹੜੀ ਉਹ ਬਸਾਉਂਦੀ ਹੁੰਦੀ ਚਰਨਜੀਤ, ਉਹਦੇ ਪੈਂਦੀ ਨੂੰ ਗਰਮ ਮੈਂ ਕਹਿੰਦੀ, ਹੋਰ ਧਰ ਲੋ 2900 ਦਾ ਕੱਪੜਾ ਆਪਣੇ ਬੈੱਡ ਸੀ, ਚਾਦਰਾਂ ਬਥੇਰੀਆਂ, ਹੋਰ ਨਾ ਆਈ ਕਿਉਂ ਬੈਠਣ, ਖੜ ਜਾ ਉਹ ਪਈ ਕੁੜੀ ਉਹ ਕਰ ਲੈਣੀ, ਉਹ ਆਪਣਾ ਨੀਲਾ ਗਲੀਚਾ ਜਾ, ਉਹੀ ਨਹੀਂ ਫਿਰ ਇੱਕ ਹੋਰ ਮੈਟ ਨਹੀਂ ਦੀ ਪਲਾਸਟਿਕ ਦੀ, ਚਲੋ ਇਹਨਾਂ ਦੀ ਮਸ਼ੀਨ ਦੀ ਸੈਟਿੰਗ ਕਰਦੀ ਹੈ ਤੇ ਮੈਂ ਨਵੇਂ ਕੱਪੜੇ ਨੇ ਜਿਹੜੇ ਕਾਫੀ ਜ਼ਿਆਦਾ ਨੇ ਇੱਧਰ ਦੇਖੋ, ਸਾਰਾ ਪ੍ਰਿੰਟ ਹੈਗਾ ਨਵਾਂ, ਤੇ ਇਹਦੀ ਆਪਾਂ ਵੀਡੀਓ ਸ਼ੂਟ ਕਰਦੀ ਠੀਕ ਹੈ ਤੁਹਾਡੇ ਲਈ।
ਗੁਰਲੀਨ ਤਾਂ ਜੀ ਨਵਾਂ ਸੂਟ ਪਾਈ ਬੈਠੀ ਹੈ, ਨਵਾਂ ਮੈਂ ਆਪਦੇ ਵਾਸਤੇ ਲਿਆਈ ਸੀ ਵੀ ਉਹ ਕਰੂੰਗੀ, ਮੈਂ ਘਰੇ ਸਿਉਂਕੇ ਪਾ ਲੂੰਗੀ ਗਰਮੀ ਜੀ 'ਚ। ਹਾਂ ਤੁਸੀਂ ਨੇ ਪਾਇਆ, ਮੈਨੇ ਪਾਇਆ, ਹਾਂ ਪਾਰਸਲ ਲੈ ਜਾਓ ਗੁਰਲੀਨ, ਧਰ ਦੇ ਸਕੂਟਰੀ 'ਤੇ ਪਾਰਸਲ। ਇਹ ਮੈਂ ਨਾ ਹਲਕਾ ਜਿਹਾ ਲਿਆਈ ਸੀ, ਤੈਂ ਕੀ ਕਰਾਉਣਾ ਸੂਟਾਂ ਦਾ, ਇਹ ਕਹਿੰਦੀ ਮੰਮਾ ਮੈਨੂੰ ਵੀ ਸੂਟ ਚਾਹੀਦਾ ਗਰਮੀ 'ਚ ਪਾਉਣ ਨੂੰ। ਜਿਹੜਾ ਟਾਈਮ ਹੈ ਜੀ 5 ਵੱਜ ਗਏ ਨੇ, ਅਜੇ ਆਪਾਂ ਸੱਤੀ ਨੂੰ ਵੇਖੀਏ, ਸੱਤੀ ਨੂੰ ਕਹਿ ਦੀ ਸਬਜ਼ੀ ਗੁੱਡ ਦਿਉ, ਪਾਣੀ ਪਿਆਇਆ ਨਹੀਂ ਮੈਂ, ਸਾਨੂੰ ਮੱਝਾਂ ਨੂੰ ਪਾਣੀ ਪਿਆਉਣ ਵਾਲਾ ਖੜਾ, ਆਪਾਂ ਪਾਣੀ ਪਿਆਉਣਾ। ਹਾਂ ਬਿੱਲ ਦੇਖੋ ਕਿੰਨੇ ਦਾ ਲੱਗਿਆ ਹੋਇਆ, 14 ਖਾਤੋਂ ਨੇ ਫਿਰ, ਹਾਂ ਲੈ ਕੇ ਗਈ ਸੀ ਬਾਕੀ, ਠੀਕ ਹੈ ਉਹਦਾ ਵਰਿੰਦਰ ਦਾ ਪਤਾ। ਲਓ ਜੀ ਮੈਨੂੰ ਦੁਬਾਰੇ ਵਾਪਸ ਮੋੜ ਲਿਆ ਸੀ ਪਾਰਸਲ ਕਰਕੇ, ਸਾਡਾ ਮੁੰਡਾ ਇੱਕ ਛੋਟਾ ਨਵਾਂ ਨਵਾਂ ਖੇਤੀ ਕਰਨ ਲੱਗਿਆ, ਡੈਕ ਵਜਾਉਂਦਾ ਦੇਖ, ਇਹਨੂੰ ਧਰ ਕੇ ਬੈਲੈਂਸ ਬਣਦਾ ਹੁੰਦਾ, ਇੰਨੀ ਬਣਦਾ ਹੁੰਦਾ। ਖੇਤ ਜਾਂਦੀ ਸੀ ਮੈਨੂੰ ਬੋਲ ਮਾਰ ਲਿਆ, ਚਲੋ ਜੀ ਆਪਾਂ ਦੇਖੀਏ ਸੱਤੀ ਨੇ ਕਿੰਨੀ ਕੁ ਸਬਜ਼ੀ ਗੁੱਡਤੀ, ਆ ਕੇ ਮੱਝਾਂ ਨੂੰ ਪਾਣੀ ਪਿਆਉਂਦੇ ਹਾਂ, ਪਾਣੀ ਕਾਹਤੋਂ ਨਹੀਂ ਪਿਆਇਆ ਅੱਜ। ਰਾਤ ਮੀਂਹ ਪੈਣ ਕਰਕੇ ਮੌਸਮ ਠੰਡਾ ਹੋ ਗਿਆ, ਅਸ਼ਮੀਤ ਨੇ ਤਾਂ ਅੱਜ ਪੂਰਾ ਦਿਨ ਡੈੱਕ ਬੰਦ ਨਹੀਂ ਕਰਿਆ, ਨਵਾਂ ਨਵਾਂ ਮੁੰਡਾ ਖੇਤੀ ਕਰਨ ਲੱਗਿਆ, ਚਾਹ ਵਾਲਾ ਜੀ ਉਹਨੂੰ। ਸਬਜ਼ੀ ਦਾ ਕਿਤੇ ਦੀਂਦੀ ਹੋਈ ਨੀ ਕੱਖ ਦੇਖੋ, ਮੇਰੇ ਭਾਈ ਕੰਮ ਕਰੇ ਨਜ਼ਰ ਨਾ ਲੱਗ ਜੇ ਸੱਤੀ, ਇਹਨੂੰ ਕੋਈ ਸਪਰੇਅ ਸਪਰੂ ਮਾਰਦੀ ਹੈ ਤਾਂ ਕਾਹੇ, ਉਹਨੇ ਖਾ ਲਿਆ ਮੱਛਰ ਨੇ ਖਾ ਲਈ ਇਹ ਸਬਜ਼ੀ, ਧਨੀਆ ਨਿਕਲਿਆ ਚੱਲ ਵਧੀਆ, ਤੁਹਾਨੂੰ ਬੀਂਡਾ ਲਾ ਕੇ ਗਿਆ ਸੀ ਇਹ ਬੀਂਡਾ ਰਾਜਾ, ਖੁਰਪੀ ਲੈ ਕੇ ਗੁੱਡ ਪੁੱਤਾ, ਇਹਦੀ ਮੈਂ ਹੈਲਪ ਕਰਵਾ ਰਿਹਾ ਨਾਲ, ਮਾਸਟਰ ਜੀ ਗਏ ਚੱਕ ਲੈਣਗੇ ਆਪੇ, ਮਾਸਟਰ ਜੀ ਨੇ ਕਦੇ ਸਟੈਂਡ ਨਹੀਂ ਚੱਕਿਆ। ਪਿੰਡਾ ਕਹਿੰਦੇ ਆ ਵੀ ਜੇ ਨਾ ਕੋਈ ਬੰਦਾ ਮਿਲਿਆ ਕੱਲ ਨੂੰ ਭੈਣ ਨੂੰ ਲਿਆਵਾਂਗੇ, ਇੱਕ ਨੂੰ ਕਿਸੇ ਨੂੰ ਪਿੰਡੋਂ ਕਣਕ ਪਾਉਣੀ ਆ ਢੋਲਾਂ 'ਚ ਸਵੇਰੇ, ਦਾਲ ਸਬਜ਼ੀ ਨੂੰ ਕੀ ਕਰੀਏ ਬੜਾ ਮੰਗਾ ਹੋ ਗਿਆ, ਕਹਿੰਦੇ ਗਰਮੀਆਂ 'ਚ ਇੰਨੀਆਂ ਦਾਲਾਂ ਸਬਜ਼ੀਆਂ ਹੁੰਦੀਆਂ ਸਾਨੂੰ ਤਾਂ ਕੁਛ ਔੜਦਾ ਨਹੀਂ ਸੁੱਝਦਾ ਨਹੀਂ, ਹੁਣ ਟਿੰਡੇ ਬਣਾਉਣੇ ਮਾਸਟਰ ਜੀ ਤੋਂ ਟਿੰਡੇ, ਸਾਡੇ ਮਾਲ ਵਿੱਚ ਕਹਿੰਦੇ ਨੇ ਵੀ ਤੈਂ ਕੀ ਟਿੰਡੀਆਂ ਲੈਣੀਆਂ ਨੇ, ਇਹ ਉਹੀ ਟਿੰਡੀਆਂ ਹੁੰਦੀਆਂ ਨੇ ਦੱਸਿਓ ਜ਼ਰੂਰ, ਸਾਡੇ ਵੱਲ ਨੇ ਟਿੰਡੇ ਨਹੀਂ ਕਹਿੰਦੇ ਟਿੰਡੋ ਕਹਿੰਦੇ ਨੇ ਟਿੰਡੋ, ਸੰਬਰਨ ਦਾ ਟਾਈਮ ਨਹੀਂ ਲੱਗਿਆ ਦੇਖੋ ਰਾਤ ਕੀ ਗੰਦ ਪਾਇਆ, ਇੱਥੇ ਪਹਿਲਾਂ ਮੈਂ ਸੰਬਰਨ ਲੱਗੀ ਤੇ ਇੱਥੇ ਸਰੀਆ ਪਿਆ ਸੀ, ਹੁਣ ਉਹਨੇ ਸੱਤੀ ਨੇ ਚੱਕ ਕੇ ਪਰਾਂ ਧਰਿਆ ਸਰੀਆ ਇੱਥੋਂ ਤਲਕੇ ਸੰਬਰਾਂਗੇ, ਪਹਿਲਾਂ ਇੱਥੇ ਪਿਆ ਸੀ ਇਹ,
ਸਾਰਾ ਸਮਾਨ ਰਗੜ ਕੇ ਮੰਨ ਜਾਂਦਾ ਜੀ। ਇੱਟ ਬੱਟਾ ਸਾਰਾ ਚੱਕਿਆ ਗਿਆ ਜੀ, ਮਾੜਾ ਜਿਹਾ ਖੁੱਲ੍ਹਾ ਲੱਗਣ ਲੱਗ ਗਿਆ। ਮੱਝਾਂ ਡੀਕ ਕੇ ਬੈਠ ਗਈਆਂ ਵਿਚਾਰੀਆਂ ਪਾਣੀ ਨੂੰ। ਹਾਂਜੀ ਹਿਓ ਹਿਓ ਹਿਓ, ਖੜੀਆਂ ਹੋ ਜਾ ਪਾਣੀ ਪਿਆਵਾਂ। ਹਿਓ 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 ਹਿਓ। ਆਹ ਮਿੱਡੀ ਜਿਹਦੇ ਨੇ ਅੱਜ ਸੱਟ ਖਾ ਲਈ ਸੀ, ਮਰ ਗਈ ਸੀ ਇਹ। ਮੈਂ ਤਾਂ ਬਿੰਡੇ ਨੇ ਮਸਾਂ ਕੱਢੀ ਹੈ, ਦੂਜੀ ਮੱਝ ਧੁੰਨ ਨੇ ਚੱਕ ਲਈ ਸੀ ਉੱਤੇ। ਉਹ ਖੜੀ ਹੋਣ ਲੱਗ ਗਈ, ਇਹ ਸੰਗਲ ਭਵਾ ਕੇ ਉਹਦੇ ਦੂਜੇ ਪਾਸੇ ਆ ਗਈ। ਹੁੰਦੀ ਨਾ ਵੱਢਣੀ। ਅੱਜ ਮਾਸਟਰ ਜੀ ਨੇ ਸੰਨੀ ਕਰੀ ਆ, ਫੁੱਲ ਹੀ ਭਰਤੀ। ਇੰਨੀ ਸੰਨੀ ਕਰਦੇ ਨੇ ਤੂੰ ਨਹੀਂ ਖਾਂਦੇ। ਡੈਡੀ ਦਾ ਮੇਰਾ ਗੱਪਾ ਖੁੱਲਾ। ਸੱਤੀ ਨੇ ਸਰੀ, ਹਾਂ ਪਾਣੀ ਪਾਉਣ ਦਿੱਤਾ ਪੱਟੇ ਦੇ ਬੂਟਾ ਬਚਦੇ ਸਾਡਾ, ਬਸ ਇਸੇ ਦੀ ਵੱਡੀ ਗੱਲ ਹੈ। ਬਾਣੀ ਚੱਲ ਬਾਤ ਜੋ ਵੀ ਹੈ। ਹੋਰ ਪੀਣਾ ਨਹੀਂ ਪਾਣੀ ਆ ਰਿਹਾ। ਮੈਂ ਸੋਚਦੀ ਸੀ ਫਰਕ ਨਹੀਂ ਪੈ ਰਿਹਾ, ਪੈਰ ਤਾਂ ਮੈਨੂੰ ਬਹੁਤ ਪੈਂਦਾ। ਹਾਂ ਮੈਂ ਕਹਿੰਦੀ ਵਲੌਗ ਬਣਾ ਕੰਮ ਕਰਕੇ ਪਾਰਸਲ ਕੱਢ ਲੈ, ਇਹਦਾ ਫੋਨ ਚੁੱਕੀ ਬੈਠੀ ਹੈ। ਸਬਜ਼ੀ ਪਕਾ ਰਹੇ ਨੇ ਡੈਡੀ, ਤੋਂ ਕਿਹੜੀ ਪਕਾਉਣੀ ਹੈ? ਰਿੰਡੀਆਂ ਖਾਣੀ ਖਾਂਦੇ ਟੁੰਡੀ ਟੁੰਡੀ ਹੈ। ਮੂੰਗਾ ਖਾ ਲਓ, ਟਿੰਡੇ ਮਖਾਉਣੀ ਕੱਲ ਨੂੰ, ਕਾਬਲੀ ਛੋਲੇ ਕਰ ਲਾਂਗੇ ਨਾਲ। ਮੈਂ ਨਹੀਂ ਕਾਬਲੀ ਛੋਲੇ ਖਾ ਲਓ, ਟਿੰਡੇ ਟੁੰਡੇ ਨਹੀਂ ਮੇਰਾ ਜੀ ਕਰਦਾ ਟਿੰਡੇ ਖਾਣ ਵਾਸਤੇ। ਉਹ ਖਾ ਲਈ ਉਹਦੇ ਵਾਲੇ ਟਿੰਡੇ ਖਾ ਲੈਂਦੇ। ਫੋਨ ਕਰਦੇ ਕਹਿੰਦੇ 1 ਕਿਲੋ ਟਿੰਡੇ 1 ਕਿਲੋ ਟਮਾਟਰ ਲਿਓ। ਉਹ ਮੈਨੂੰ ਨਹੀਂ ਪਤਾ, ਮੈਨੂੰ ਕੰਮ ਕਰ ਲੈਂਦਾ ਐਵੇਂ। ਡੈਡੀ ਨਹੀਂ ਕਿਹਾ, ਮੈਂ ਨਹੀਂ ਕਹਿੰਦੀ ਮੰਮਾ। ਜਦੋਂ ਨਾ ਹਨਾ ਮਾਸਟਰ ਜੀ ਬਾਈ ਆ ਗਏ, ਸਾਡੇ ਜਵਾਨ ਆ ਜਾਂਦੇ ਵੀ ਆਹ ਕੁਛ ਮੰਗਾਉਣਾ ਸੀ, ਮਗਰੋਂ ਫੋਨ ਕਰਨ ਲੱਗੇ ਨੇ, ਸਾਡੀ ਗਾਲਾਂ ਬੜੀਆਂ ਪੈਂਦੀਆਂ ਨੇ ਫਿਰ। ਕਹਿੰਦੇ ਘਰੋਂ ਨਹੀਂ ਪਰਚੀ ਬਣਾ ਕੇ ਤੋਰਦੀਆਂ, ਮਗਰ ਫੋਨ ਸਰਕਾਈ ਜਾਣਗੇ। ਇਹ ਬੇਚਾਰੀ ਮੈਨੂੰ ਇੰਨਾ ਪਿਆਰ ਕਰਦੀ, ਮੇਰੇ ਕੋਲ ਆਈ ਆ। ਕਿਉਂਕਿ ਜੀ ਮੋਟਰਸਾਈਕਲ ਜਾਂ ਸਕੂਟਰੀ ਤੋਂ ਨਾ ਪਹਿਲਾਂ ਖੜਾ ਕੇ ਫੋਨ ਕੱਢਣਾ ਪੈਂਦਾ ਜੇਬ 'ਚੋਂ, ਫਿਰ ਸੁਣਨਾ ਪੈਂਦਾ। ਡੈਡੀ ਪਾਪਾ ਕਿਤੇ ਖੜੇ ਸੀ ਸ਼ਾਇਦ, ਤਾਂ ਹੀ ਗੁੱਸੇ। I don't know. ਕਿਆ ਹੋਇਆ? ਕਹਿੰਦੀ ਮੈਨੇ ਕੋਠੀ ਦਾ ਟੂਰ ਕਰਨਾ ਗਾ।
ਫਿਰ ਅਮਾ ਸਾਦੇ ਜੇ ਪਿੰਨਾਂ ਨੂੰ ਕਿੱਥੇ ਬੰਨਾਂਗੇ? ਪੱਕਾ ਇਸ ਵਾਰੀ ਦੀਵਾਰੀ ਕੋਠੀ ਚ ਬਣਾ ਲਾਂਗੇ? ਵੋ ਨਹੀਂ ਆਏਗੀ ਅਬ। ਬਾਲਟੀ ਭਰ ਕੇ ਧਰ ਦੋ। ਬਾਲਟੀ ਧਰ ਦੇ ਕੋਲ ਭਰਾ। ਪੀਣਾ ਕਰਕੇ ਲਿਆਈਆਂ ਬੋਰੀ ਬਾਹਲੀ ਜ਼ਿਆਦਾ ਭਾਰੀ ਸੀ, ਨਸਾਂ ਚੁਕਾਈ 70 ਕਿਲੋ ਕਣਕ ਆ ਪਈ ਇੱਧਰ ਫੀਡ ਵਾਲੀ ਹੋ ਪਈ ਆ, ਪੀਣਾ ਕਰਿਆ ਧੋਤੀ ਹੋਈ ਸੁਸਕਾਈਏ। ਪਤਾ ਕੀ ਹੋਇਆ, ਹੁਣ ਆਦਤ ਨਹੀਂ ਹੈਗੀ ਬੋਰੀਆਂ ਚੱਕਣ ਦੀ, ਪਹਿਲਾਂ ਤਾਂ ਚੱਕਦੇ ਰਹਿੰਦੇ ਸੀ ਬੋਰੀਆਂ, ਅੱਜ ਵਜਨ ਲੱਗਿਆ, ਹੁਣ ਤਾਂ ਗੋਹੇ ਦਾ ਪੱਠੜੀ ਚੱਕਣ ਵਾਲੇ ਹਾਂ। ਪਹਿਲਾਂ ਮੈਂ ਬੋਰੀਆਂ ਇੱਧਰ ਘੜੀਸਣ ਇੱਧਰ ਘੜੀਸਣ ਲੱਗੀ ਰਹਿੰਦੀ ਸੀ, ਹੁਣ ਬਾਣੀਆਂ ਵਾਂਗੂ ਸੋਹਲ ਹੋ ਗਏ ਜਿੱਥੇ ਬੁਟੀਕ ਵਾਲੇ ਕੰਮ 'ਚ ਪਿਆ। ਪਹਿਲਾਂ ਮੈਨੂੰ ਮਾਸਟਰ ਜੀ ਲੜਦੇ ਰਹਿੰਦੇ ਤੂੰ ਢੂਹੀ ਨਾਲ ਚੜਾਈ ਫਾਨਾ, ਅੱਜ ਮੈਨੂੰ ਲੱਗਦਾ ਮੇਰੀ ਗਰਦਨ ਦੁਖਣ ਲੱਗ ਗਈ ਨਾ ਇੱਥੋਂ ਚੱਕ ਕੇ ਲੈ ਕੇ ਆਈਆਂ, ਸੁੱਕ ਨਹੀਂ ਪਾਈ ਸੀ ਜੀ ਕਣਕ ਧੋਤੀ ਹੋ ਕੇ ਸੁਕਾਈ ਹੈ। ਤੁਸੀਂ ਖਾ ਪੀ ਲਿਆ ਕਰ, ਹੱਡੋ ਨਾ ਖਾਂਦੀ ਆ ਬਥੇਰਾ ਲੱਗਦਾ ਹੀ ਨਹੀਂ, ਮਜ਼ਾ ਜੀ ਭੁੱਖ ਲੱਗ ਗਈ ਕੁਝ ਮਰਜ਼ੀ ਖਵਾ ਦਿਓ। ਧੋਂਦੀਆਂ ਲਾੜਾ ਦੁਖਣ ਲੱਗ ਗਈਆਂ, ਕੰਮ ਕਰਦੇ ਰਹਿਣਾ ਚਾਹੀਦਾ, ਕੰਮ ਕਦੇ ਨਹੀਂ ਛੱਡਣਾ ਚਾਹੀਦਾ। ਅਤੇ ਮੈਂ ਨਾ ਕਈ ਜਗ੍ਹਾ 'ਤੇ ਪੜ੍ਹਿਆ ਲਿਖਿਆ ਹੋਇਆ ਵੀ ਆਪਾਂ ਬੁੜੇ ਹੋ ਗਏ ਆਪਾਂ ਤਾਂ ਨਹੀਂ ਕੰਮ ਛੱਡਦੇ, ਆਪਾਂ ਕੰਮ ਛੱਡ ਦਿੰਦੇ ਆਪਾਂ ਬੁੜੇ ਤਾਂ ਹੁੰਦੇ ਹਾਂ, ਇਸ ਕਰਕੇ ਜੀ ਆਪਣੇ ਕੰਮ ਕਰਦੇ ਰਹੋ ਹੈ ਨਾ, ਜਿੰਨੇ ਜੋਗੇ ਹੈਗੇ ਆਗੇ ਸਰੀਰ ਜਮੀ ਸਾਥ ਛੱਡ ਜਾਂਦਾ। ਮੈਨੂੰ ਹੁਣ ਆ 2-3 ਸਾਲਾਂ ਦਾ ਜਦੋਂ ਮੈਂ ਬੁਟੀਕ ਦਾ ਕੰਮ ਸ਼ੁਰੂ ਕਰਿਆ ਹੈਗਾ ਮੈਂ ਸੋਹਲ ਹੋ ਗਈ ਪਹਿਲਾਂ ਨਾਲੋਂ, ਮੈਂ ਤਾਂ ਬਾਹਲਾ ਜ਼ਿਆਦਾ ਕੰਮ ਕਰਦੀ ਸੀ, ਸਾਡੇ ਸਾਰੇ ਪਿੰਡ ਦੇ ਹੈਰਾਨ ਸੀ ਵੀ ਇੰਨਾ ਕੰਮ ਕਰਦੀ ਆ, ਮੈਂ ਪੇਕੇ ਆਪਣੇ ਇੰਨਾ ਕੰਮ ਕਰਿਆ, ਮਾਸਟਰ ਜੀ ਤੋਂ ਨਹੀਂ ਬਾਜਨ ਪੂਜਨ ਸਿਰ 'ਤੇ ਚੱਕਿਆ ਜਾਂਦਾ, ਮੈਂ ਤਾਂ ਕਹਿੰਦੀ ਹੋਰ ਪਾ ਦੇ ਹੋਰ ਪਾ ਦੇ, 8-9 ਮੈਂ ਸਮੇਂ ਤਾਂ ਡੱਡੀਆਂ ਭਰੀਆਂ ਖੇਤੋਂ ਮੱਕੀ ਚਰੀ ਦੀਆਂ ਬਰਸੀਨ ਹੀ ਚੱਕ ਲਿਆਉਂਦੀ ਵਢਾ ਲਿਆਉਂਦੀ ਨਾਲ, ਹੁਣ ਸੋਹਲ ਹੋ ਗਈ ਪਹਿਲਾਂ ਵਰਗੇ ਰਹੇ, ਕਦੇ ਨਹੀਂ ਕੰਮ ਛੱਡਣਾ ਚਾਹੀਦਾ। ਚਲੋ ਹੁਣ ਮੇਰੀ ਮਜਬੂਰੀ ਹੋ ਗਈ ਹੈ ਨਾ, ਇਹ ਬੁਟੀਕ ਦਾ ਕੰਮ ਸ਼ੁਰੂ ਕਰ ਲਿਆ, ਫਿਰ ਇਹ ਕੰਮ ਵੀ ਬਹੁਤ ਜ਼ਿਆਦਾ ਟਾਈਮ ਭਾਲਦਾ, ਪਰ ਆਪਦਾ ਕੰਮ ਨਾ ਐਨ ਕਰੀ ਚੱਲੇ ਕੁਛ ਨਹੀਂ ਹੁੰਦਾ ਛੱਡੇ ਨਾ, ਜਿਹੜਾ ਆਪਾਂ ਕਹਿੰਦੇ ਹੱਡ ਦੁਖਦੇ ਨੇ ਗੋਡੇ ਦੁਖਦੇ ਆ, ਜਦੋਂ ਆਪਾਂ ਸੋਹਲ ਹੋ ਜਾਂਦੇ ਫਿਰ ਹੀ ਦੁਖਦੇ, ਜੇ ਆਪਾਂ ਡੇਲੀ ਰੂਟੀਨ 'ਚ ਆਪਣਾ ਜ਼ੋਰ ਵਾਲਾ ਕੰਮ ਕਰੀ ਜਾਈਏ ਫਿਰ ਨਹੀਂ ਜ਼ਮੀਨ ਦੁਖਦੇ। ਅਤੇ ਮਾਸਟਰ ਜੀ ਨਾ ਮੈਨੂੰ ਉਹਦੇ ਨਾਲ ਫੌੜੀ ਨਾਲ ਭਰ ਕੇ ਗੋਹਾ ਚੁਕਾਉਣ ਲੱਗ ਗਏ ਸੀ, ਮੈਨੂੰ ਉਹੀ ਸੁਭਾਅ ਪੈ ਗਿਆ ਜਦੋਂ ਮੈਂ ਬੈਠ ਕੇ ਮੈਂ ਗੋਹਾ ਪਾਇਆ ਕਰਾਂ ਹੈ ਨਾ, ਕਈ ਮਹੀਨੇ ਚੁਕਾਉਂਦੇ ਰਹੇ ਮੈਨੂੰ 2 ਮਹੀਨੇ ਵਾਂਗੂ, ਜੇ ਬੈਠ ਕੇ ਦੁਬਾਰੇ ਬੱਠਲ 'ਚ ਗੋਹਾ ਪਾਉਣ ਲੱਗੀ ਮੈਨੂੰ ਔਖਾ ਲੱਗਿਆ ਵੀ ਮੈਂ ਇੱਥੋਂ ਬੈਠਿਆ ਨਾ ਜਾਵੇ, ਹੈ ਮੈਥੋਂ ਗੋਹਾ ਨਹੀਂ ਪੈਂਦਾ ਹੈਗਾ, ਹੁਣ ਮੈਂ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਕਹਿੰਦੇ ਫੌੜੀ ਨਾਲ ਇਕੱਠਾ ਕਰ ਦਿਉ, ਜੇ ਮੇਰਾ ਇਕੱਠਾ ਕਰਿਆ ਹੀ ਹੁੰਦਾ ਮੈਂ ਤਾਂ ਆਪਦਾ ਹੱਥ ਨਾ ਪਾਉਣ ਲੱਗ ਗਈ ਦੁਬਾਰੇ ਜੀ, ਸਿਹਤ ਖਰਾਬ ਹੋਣ ਲੱਗ ਗਈ, ਤੁਸੀਂ ਕਹੋਗੇ ਕਿ ਦਿਮਾਗ ਖਰਾਬ ਹੈ, ਮੈਨੂੰ ਤਾਂ ਇਹ ਲੱਗਦਾ ਵੀ ਮੈਂ ਫਿੱਟ ਨਹੀਂ ਰਹੀ ਪਹਿਲਾਂ ਵਾਂਗੂ। ਚਲੋ ਉਮਰ ਦੇ ਹਿਸਾਬ ਨਾਲ ਥੋੜ੍ਹਾ ਮੋਟਾ ਤਾਂ ਫਰਕ ਪੈ ਜਾਏ, ਅਜੇ ਕਿਹੜਾ ਆਪਾਂ ਬੁੜੇ ਹੋਏ ਹਾਂ ਹੈ ਨਾ, ਸਿਰਫ 40 ਸਾਲ ਦੀ ਉਮਰ ਹੈਗੀ, ਪਰ ਹੈ ਨਾ ਕੰਮ ਕਰਦੇ ਰਹਿਣਾ ਚਾਹੀਦਾ, ਜੇ ਆਪਾਂ ਕੰਮ ਛੱਡ ਦਈਏ ਜੀ ਢਹਿਲੇ ਪੈ ਜੀ ਔਖਾ ਹੋਏ ਨਾ। ਮੈਨੂੰ ਅੱਜ ਮੈਂ ਤੁਹਾਨੂੰ ਦੱਸਦੇ ਵੀ ਕਿੰਨੇ ਦਿਨਾਂ ਬਾਅਦ ਸਿਰ 'ਤੇ ਵਜਨ ਚੱਕਿਆ, ਔਖਾ ਲੱਗਿਆ ਜੀ, ਮੈਂ ਅੱਗੇ ਰੇਹ ਵਾਲੀਆਂ ਬੋਰੀਆਂ ਹੁੰਦੀਆਂ ਸਾਰੀਆਂ ਮਾਸਟਰ ਜੀ ਨਾਲ ਮੈਂ ਲਹਾਉਣੀਆਂ, ਕਣਕਾਂ ਪਵਾਉਣੀਆਂ, ਖੇਤੋਂ ਚਰੀਆਂ ਮੱਕੀਆਂ ਲਿਆਉਣੀਆਂ, ਟੋਕੇ ਕਰਨੇ, ਹੈ ਨਾ ਸਾਰਾ ਕੰਮ ਇਹ ਮੇਰੇ ਸਿਰ 'ਤੇ ਸੀ। ਕੁਛ ਤਾਂ ਹੁਣ ਡੰਗਰ ਪਸ਼ੂ ਘੱਟ ਗਿਆ ਅਤੇ ਕੁਛ ਕੰਮ ਵੀ ਹੁਣ ਪਹਿਲਾਂ ਨਾਲੋਂ ਘੱਟ ਗਏ ਨੇ,
ਤੜਕੀ ਬੱਚਿਆਂ ਨੂੰ ਤਿਆਰ ਕਰਕੇ ਉਦੋਂ ਬਾਅਦ ਮੈਂ ਸਕੂਲ ਉੱਥੋਂ ਨਾਲ ਕੱਖ ਕੰਡਾ ਪੜ੍ਹਾ ਕੇ ਲਿਆ ਕੇ ਆਉਂਦੀ ਦੇਖ ਲਓ, ਫਿਰ ਕਿਸੇ ਪਾਸੇ ਹੋਰ ਜਾਂਦੇ। ਆਪਣਾ ਕੰਮ ਕਦੇ ਨਾ ਛੱਡੋ, ਉਹੀ ਗੱਲ ਹੈ ਜੀ, ਆਪਾਂ ਕੰਮ ਛੱਡਾਂਗੇ ਤਾਂ ਬੁੜੇ ਹੋਵਾਂਗੇ, ਆਪਾਂ ਕੰਮ ਇਸ ਕਰਕੇ ਨਹੀਂ ਛੱਡਦੇ ਵੀ ਆਪਾਂ ਬੁੜੇ ਹੋ ਗਏ। ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ, ਕੰਮ ਕਰੀ ਜਾਇਆ ਕਰੋ, ਕੰਮ ਕਰਨ ਨਾਲ ਕੁਛ ਨਹੀਂ ਹੁੰਦਾ, ਕੋਈ ਸੈਰ ਕਰ ਲਈ, ਕੋਈ ਸੰਬਰ ਲਿਆ, ਪੋਚੇ ਲਾ ਲਈ, ਜਿੰਨਾ ਕੰਮ ਹੁੰਦਾ ਸਾਰੇ ਉਹਨੇ ਕਰਨੇ, ਜ਼ਰੂਰ ਕੰਮ ਕਰਨੇ ਚਾਹੀਦੇ ਨੇ ਜੀ। ਚਲੋ ਠੀਕ ਆ ਜੀ, ਕਾਫੀ ਜ਼ਿਆਦਾ ਟਾਈਮ ਹੋ ਗਿਆ, 6:15 ਹੋ ਗਏ ਨੇ, ਅਤੇ ਆਪਾਂ ਅੱਜ ਵਾਲੇ ਵਲੋਗ ਦਾ ਵੀ ਐਂਡ ਇੱਥੇ ਕਰਦੇ ਹਾਂ। ਮਾਸਟਰ ਜੀ ਆਉਣ ਵਾਲੇ ਹੋਣਗੇ ਸਬਜ਼ੀ ਲੈ ਕੇ, ਜੇ ਟਾਈਮ ਸਿਰ ਆ ਕੇ ਹੁਣ ਬਣਾ ਲਾਂਗੇ, ਉਂਝ ਮੂੰਗੀ ਮਸਰੀ ਦਾਲ ਬਣਾਈ ਸੀ ਉਹ ਪਈ ਹੈ, ਜੇ ਨਾ ਆਏ ਫਿਰ ਸਵੇਰੇ, ਜੇ ਲੇਟ ਹੋ ਗਈ ਫਿਰ ਸਵੇਰੇ ਬਣਾਵਾਂਗੇ, ਸਵੇਰੇ ਸੰਡੇ ਆ, ਚਲੋ ਕੋਈ ਗੱਲ ਨਹੀਂ, ਘਰ ਨਹੀਂ ਸਾਰੀ। ਚਲੋ ਠੀਕ ਹੈ ਜੀ, ਅੱਜ ਵਾਲੇ ਵਲੋਗ ਦਾ ਐਂਡ ਇੱਥੇ ਕਰਦੇ ਹਾਂ। ਗੁਰਲੀਨ ਕੌਰ ਵਾਸੀਆਂ ਲੈਣ ਲੱਗ ਗਈ ਸੁਸਤ ਹੋ ਗਈ, ਕੱਲ੍ਹ ਨੂੰ ਨਵੇਂ ਵਲੋਗ ਨਾਲ ਮਿਲਦੇ ਹਾਂ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਬਾਏ।